ਬਾਬਿਓ ਜੀ ਬਾਬਿਓ ਮੁੱਖ ਮੰਤਰੀ ਹਾਏ 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 ਸਿੱਖਿਆ ਮੰਤਰੀ ਹਾਏ 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 ਕੀ ਗੱਲ ਨਹੀਂ ਮੰਜੂਰ ਬਹੁਤ ਹੀ ਸਤਿਕਾਰਯੋਗ ਬੇਰੁਜ਼ਗਾਰ ਈਟੀ ਟੈਟ ਪਾਸ ਅਧਿਆਪਕ ਸਾਥੀਓ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਪਟਿਆਲੇ ਦੇ ਵਿੱਚ ਆਪਣਾ ਧਰਨਾ ਜਿਹੜਾ ਉਹ ਚੱਲ ਰਿਹਾ ਹੈ 8 ਤਰੀਕ ਨੂੰ ਜੋ ਆਪਣੇ ਉੱਪਰ ਲਾਠੀਚਾਰਜ ਹੋਇਆ ਸੀ ਉਸ ਸਮੇਂ ਦੌਰਾਨ ਆਪਾਂ ਨੂੰ ਜਿਹੜੀ ਹੈ 12 ਤਰੀਕ ਦੀ ਜਿਹੜੀ ਮੀਟਿੰਗ ਮਿਲੀ ਹੈ ਕੱਲ੍ਹ 12 ਤਰੀਕ ਨੂੰ 12 ਵਜੇ ਪੰਜਾਬ ਭਵਨ ਵਿੱਚ ਜੋ ਮੀਟਿੰਗ ਹੋਣੀ ਹੈ ਸਾਥੀਓ ਉਸ ਦੇ ਵਿੱਚ ਆਪਣੀਆਂ ਜਿਹੜੀਆਂ ਮੰਗਾਂ ਨੇ ਸਾਰੀਆਂ ਉਹ ਰੱਖੀਆਂ ਜਾਣਗੀਆਂ ਤਾਂ ਜੇਕਰ ਮੀਟਿੰਗ ਦੇ ਵਿੱਚ ਆਪਣਾ ਜਿਹੜਾ ਹੱਲ ਹੁੰਦਾ ਹੈ ਤਾਂ ਠੀਕ ਹੈ ਨਹੀਂ ਤਾਂ ਆਪਾਂ ਜਿਹੜਾ ਅੱਜ ਸਾਰੀਆਂ ਭਰਾਤਰੀ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਉਹਨਾਂ ਦੇ ਨਾਲ ਇੱਕ ਸ਼ਾਮ ਨੂੰ ਮੀਟਿੰਗ ਕਰੀ ਹੈ ਤਾਂ ਜੋ ਹੱਲ ਨਹੀਂ ਹੁੰਦਾ ਕੱਲ੍ਹ ਦੀ ਮੀਟਿੰਗ ਦੇ ਵਿੱਚ ਤਾਂ ਆਪਾਂ 14 ਤਰੀਕ ਦਾ ਜਿਹੜਾ ਪ੍ਰੋਗਰਾਮ ਲਿਖਿਆ ਹੈ ਉਸ ਦੇ ਵਿੱਚ ਸਾਰਿਆਂ ਸਾਥੀਆਂ ਨੇ ਜਿਹੜਾ ਉਹ ਪਹੁੰਚਣਾ ਹੈ ਕੱਲ੍ਹ ਨੂੰ ਹੀ ਜਿਹੜਾ ਕਿ ਇੱਥੇ ਪਹੁੰਚਣ ਦੀ ਹਰ ਹਾਲਤ ਵਿੱਚ ਤੁਸੀਂ ਸਾਰੇ ਸਾਥੀਆਂ ਨੇ ਕੋਸ਼ਿਸ਼ ਕਰਨੀ ਹੈ ਤਾਂ ਇੱਕ ਗੱਲ ਸਾਥੀਓ ਤੁਹਾਡੇ ਨਾਲ ਮੈਂ ਹੋਰ ਸਾਂਝੀ ਕਰਨਾ ਚਾਹੁੰਦਾ ਕਿ ਜੋ ਟੈਸਟ ਦੀ ਤਰੀਕ ਰੱਖੀ ਗਈ ਹੈ 28 ਤਰੀਕ ਤਾਂ ਨਾਲ ਦੀ ਨਾਲ ਹੀ ਹੈ ਜਿਹੜਾ ਉਹਨਾਂ ਨੇ ਸਿਲੇਬਸ ਵੀ ਪਾਇਆ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਸਿਲੇਬਸ ਦੇਖੋ ਬਹੁਤ ਜਿਹੜਾ ਕਿ ਆਪਣੇ ਜਿਹੜੇ ਜੋ ਵੀ ਸਾਥੀਆਂ ਨੇ ਤਿਆਰੀ ਕਰੀ ਸੀਗੀ ਵੀ ਉਸ ਅਕੋਰਡਿੰਗ ਕੋਈ ਵੀ ਸਿਲੇਬਸ ਨਹੀਂ ਗਾ ਪਾਇਆ ਅਤੇ ਇੱਕ ਸਾਥੀ ਤੁਹਾਨੂੰ ਦੱਸਦੇ ਜੇਕਰ ਟੈਸਟ ਵੀ ਹੋਣਾ ਹੁੰਦਾ ਤਾਂ ਜੋ ਵੀ ਹੈ 45 ਦਿਨਾਂ ਦਾ ਘੱਟੋ ਘੱਟ ਜਿਹੜਾ ਕੋਈ ਸਮਾਂ ਜ਼ਰੂਰ ਦਿੱਤਾ ਜਾਂਦਾ ਹੈ ਇਸ ਚੀਜ਼ ਨੂੰ ਸਮਝਦੇ ਹੋਏ ਸਾਥੀਓ ਟੈਸਟ ਜਿਹੜਾ ਹੈ ਉਹ ਨਹੀਂ ਹੋਏਗਾ ਕਿਉਂਕਿ ਜਿਹੜਾ ਕਿ ਸਮਾਂ 17 ਜਾਂ 18 ਦਿਨ ਦਿੱਤੇ ਗਏ ਨੇ ਉਸ ਦੇ ਵਿੱਚ ਕੀ ਤਿਆਰੀ ਹੋ ਸਕਦੀ ਹੈ ਜੇਕਰ ਟੈਸਟ ਵੀ ਲੈਣਾ ਹੋਵੇ ਇਹ ਇੱਕ ਸਾਥੀਓ ਇੱਕ ਪੋਲਸੀ ਇੱਕ ਖੇਡ ਰਹੇ ਨੇ ਵੀ ਜਿਹੜੇ ਗਏ ਉਹਨਾਂ ਨਾਲ ਸਾਥੀ ਜਿਹੜੇ ਜੁੜੇ ਹੋਏ ਨੇ ਵੀ ਉਹਨਾਂ ਨੂੰ ਕਿਵੇਂ ਨਾ ਕਿਵੇਂ ਤੋੜਿਆ ਜਾਵੇ ਅਤੇ ਡਰਾਇਆ ਜਾਵੇ ਸੋ ਸਾਥੀਓ ਕਿਸੇ ਤਰ੍ਹਾਂ ਦਾ ਡਰਨ ਦੀ ਲੋੜ ਨਹੀਂ ਗੀ ਸਾਰੇ ਸਾਥੀਆਂ ਨੇ ਹੁੰਮ ਹਮਾ ਕੇ ਜਿਹੜੇ ਕਿ ਧਰਨੇ ਵਾਲੇ ਸਥਾਨ 'ਤੇ ਪਹੁੰਚਣਾ ਹੈ ਆਦਿ ਗਿਣਤੀ ਨੂੰ ਵਧਾਉਣਾ ਹੈ ਕਿਉਂਕਿ ਇਹ ਆਪਾਂ ਨੂੰ ਨਖੇੜਨਾ ਚਾਹੁੰਦੀ ਹੈ ਸਰਕਾਰ ਵੀ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਦੇ ਜਿਹੜੇ ਸਾਥੀ ਇਹਨਾਂ ਨਾਲ ਚੱਲ ਰਹੇ ਨੇ ਉਹਨਾਂ ਨੂੰ ਘਰੇ ਬਿਠਾਇਆ ਜਾਵੇ ਉਹਨਾਂ ਨੂੰ ਇੱਕ ਮੌਕਾ ਹੋਵੇ ਵੀ ਉਹ ਤਿਆਰੀ ਕਰਨ 'ਤੇ ਇਹਨਾਂ ਦੇ ਨਾਲ ਜੁੜਨ ਦਾ ਸਾਥੀਓ ਇਹ ਕੋਈ ਸਮਾਂ ਨਾਲ ਦੀ ਨਾਲ ਅਪਲਾਈ ਅਤੇ ਨਾਲ ਦੀ ਨਾਲ ਟੈਸਟ ਇਸ ਤਰ੍ਹਾਂ ਕਦੇ ਵੀ ਨਹੀਂ ਹੁੰਦਾ ਸੋ ਸਾਰੇ ਸਾਥੀਆਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਸਾਰੇ ਸਾਥੀ ਆਪਣੇ ਪਟਿਆਲਾ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਦੇ ਕੋਲ ਪੁੱਡਾ ਗਰਾਊਂਡ ਦੇ ਵਿੱਚ ਆਪਣਾ ਜਿਹੜਾ ਉਹ ਧਰਨਾ ਚੱਲ ਰਿਹਾ ਹੈ ਬਾਰਿਸ਼ ਵੀ ਹੋ ਰਹੀ ਹੈ ਆਪਾਂ ਸਾਰੇ ਸਾਥੀ ਨਾਲ ਸਾਡੇ ਭੈਣਾਂ ਵੀ ਹੈਗੀਆਂ ਨੇ ਜਿਹੜੀਆਂ ਅਸੀਂ ਡਟੇ ਹੋਏ ਹਾਂ ਬਸ ਤੁਹਾਡੇ ਹਾਂ ਦੀ ਲੋੜ ਹੈ ਇੱਥੇ ਸਾਥ ਦੀ ਜ਼ਰੂਰਤ ਹੈ ਤੁਸੀਂ ਸਾਰੇ ਸਾਥੀ ਸਾਡੇ ਕੋਲ ਇੱਥੇ ਜ਼ਰੂਰ ਪਹੁੰਚੋ ਧਰਨੇ ਦੇ ਵਿੱਚ ਤਾਂ ਜੋ ਜਿਹੜੀ ਉਹ ਜਿੱਤ ਨੂੰ ਆਪਾਂ ਬਰਕਰਾਰ ਰੱਖੀਏ ਅਤੇ ਜਿੱਤ ਜਿਹੜੀ ਉਹ ਹਾਸਲ ਕਰੀਏ ਧੰਨਵਾਦ ਸਾਥੀ ਜੀ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ